ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ। ਬਿਨਾਂ ਦੇਰੀ ਤੋਂ ਲੈਂਦੇ ਤੁਹਾਡੀਆਂ ਕਾਲਸ। ਹੈਲੋ ਹੈਲੋ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਜੀ। ਹੈਲੋ, ਹੈਲੋ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਮਨੀਸ਼ ਜੀ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਅੱਜ ਦਾ ਤੁਹਾਡਾ ਮੁੱਦਾ ਮੈਂ ਸੁਣ ਰਿਹਾ ਵਾਂ, ਬਹੁਤ ਹੀ ਵਧੀਆ ਮੁੱਦਾ ਹੈ ਜੀ ਵੀਰ ਜੀ। ਤੇ ਮੇਰਾ ਇਸ 'ਤੇ ਇਹ ਵਿਚਾਰ ਹੈ ਵੀ ਜਿਹੜੀ ਮਨੀਸ਼ ਜੀ ਉਹਨਾਂ ਨੂੰ ਪਾਠੀਆਂ ਨੂੰ ਜੁੱਤੀ ਪਈ ਹੈ ਨਾ, ਉਹ ਬਿਲਕੁਲ ਸਹੀ ਪਈ ਆ। ਜੀ ਦੇਖੋ, ਹੁਣ ਜੇ ਕਿਸੇ ਬੱਚੇ ਨੂੰ ਕਹੀਏ ਉਸ ਚੀਜ਼ ਨੂੰ ਨਹੀਂ ਹੱਥ ਲਾਉਣਾ, ਗਲਤ ਆ। ਜੇ ਤੁਸੀਂ ਵਾਰ ਵਾਰ ਉੱਥੇ ਜਾਓਗੇ ਤਾਂ ਤੁਹਾਡਾ ਦੂਸਰਾ ਲਾ ਜੁੱਤੀ ਆ। ਜੀ ਜਦ ਉਹਨਾਂ ਨੂੰ ਸਵੇਰ ਨੂੰ ਕਿਹਾ ਗਿਆ ਵੀ ਗੱਲਬਾਤ ਹੋ ਰਹੀ ਆ, ਪਾਠ ਨਹੀਂ ਕਰਨਾ, ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਉੱਥੇ ਜਾ ਕੇ ਪਾਠ ਕਰਨ ਦਾ, ਨੰਬਰ ਇੱਕ। ਜੀ ਨੰਬਰ ਦੋ, ਵੀ ਪਾਠੀ ਹੋਣ ਦੇ ਬਾਵਜੂਦ ਉਹ ਮੜੀਆਂ ਮਸੀਤਾਂ ਦੇ ਪਾਠ ਕਰਦੇ ਆ, ਮੈਂ ਉਹਨਾਂ ਨੂੰ ਪਾਠੀ ਨਹੀਂ ਕਹਿੰਦਾ। ਬਿਲਕੁਲ। ਸੋ ਮਨੀਸ਼ ਜੀ, ਇਸ 'ਤੇ ਕੋਈ ਦੋ ਰਾਵਾਂ ਨਹੀਂ, ਉਹ ਜੁੱਤੀ ਜਿਹੜੀ ਪਈ ਆ ਬਿਲਕੁਲ ਸਹੀ ਪਈ ਆ, ਜੋ ਮਰਜ਼ੀ ਕਹਿਣ ਵਾਲੇ ਕਹੀ ਜਾਣ, ਇਸ ਦਾ ਇਲਾਜ ਇਹੀ ਹੋਏਗਾ। ਜੇ ਇੱਕ ਨੂੰ ਪਈਆਂ ਨੇ ਤਾਂ ਬਾਕੀ ਜਿਹੜੇ ਪਿੱਛੇ ਨੇ ਉਹਨਾਂ ਦੇ ਸੁਚੇਤ ਹੋਣਗੇ, ਉਹ ਗਾਂਹ ਵਾਸਤੇ ਗਲਤੀ ਨਹੀਂ ਕੋਈ ਕਰੇਗਾ। ਬਹੁਤ ਬਹੁਤ ਧੰਨਵਾਦ ਵੀਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਮਨੀਸ਼ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਬਲ ਬੇਨਤੀ ਕਰ ਰਿਹਾ, ਸਭ ਤੋਂ ਪਹਿਲਾਂ ਤੇ ਉਹ 14 ਸਾਲ ਦੇ ਬੱਚੇ ਤੋਂ ਆਇਆ, ਉਹ ਬੜਾ ਵੱਡਾ ਧੱਕਾ ਹੈ ਬਾਦਲ ਸਰਕਾਰ ਦਾ ਜੀ। ਇਹ ਉਹਨਾਂ ਦੇ ਪੱਤਰ ਦੀ ਨਿਸ਼ਾਨੀ ਹੈਗੀ ਆ ਬੱਚਿਆਂ ਨੂੰ ਇਹੋ ਜਿਹੇ ਕੰਮ ਚਲਾਉਣਾ ਜੀ। ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸਤਿਕਾਰ ਕਮੇਟੀ ਦੀ ਜੀ, ਕੁਛ ਥੋੜਾ ਜਿਹਾ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਹਾਂ ਵੀ ਰਕਾਬਗੰਜ ਜਿਹੜਾ ਹੈਗਾ ਵਾ, ਉਹ ਇੱਕ ਗੁਰਦੁਆਰਾ ਸ਼ਹੀਦੀ ਆ ਨਾ ਜੀ, ਹਜ਼ੂਰ ਸਾਹਿਬ ਜਿਹੜਾ ਹੈਗਾ ਉਹ ਵੀ ਸ਼ਹੀਦੀ ਆ ਨਾ, ਜਿੱਥੇ ਮਹਾਰਾਜਾ ਸਰੂਪ ਹੈਗਾ ਵਾ ਜੀ। ਦੂਸਰੀ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਵੀ ਉਹ ਜਿਹੜਾ ਪਾਠੀਆਂ ਨੂੰ ਕੁੱਟ ਪਈ ਹੈਗੀ ਆ, ਉਹ 12-13 ਪਿੰਡਾਂ ਦੇ, ਸ਼ਾਇਦ 17 ਪਿੰਡਾਂ ਦੇ ਉਹ ਹੈਗੇ ਨੇ ਇਕੱਠੇ ਜਠੇਰੇ ਜੀ। ਉਹਨਾਂ ਨੇ ਬਕਾਇਦਾ ਹਾਲ ਬਣਾਇਆ ਹੋਇਆ ਇੱਕ ਜਗ੍ਹਾ ਲੈ ਕੇ ਉੱਥੇ ਜੀ, ਜਿਹਦੇ ਵਿੱਚ ਉਹ ਹਰ ਸਾਲ ਅਖੰਡ ਪਾਠ ਕਰਾਉਂਦੇ ਆ ਜੀ। ਜੇ ਇਹਨਾਂ ਕੋਲ ਸਬੂਤ ਹੈਗੇ ਸੀਗੇ ਇੱਕ ਕਮੇਟੀ ਕੋਲ, ਤੇ ਇਹ ਜਾ ਕੇ ਸਮਾਜ ਦੇ ਉੱਤੇ ਉਹਨਾਂ ਨੂੰ ਫੜ ਕੇ ਪੁੱਛਦੇ, ਇਹਨਾਂ ਆ ਕੇ ਉਹਨਾਂ ਕੱਲਿਆਂ ਰਾਹ ਦੇ ਵਿੱਚ ਜਾ ਕੇ ਜੋ ਕੁੱਟਿਆ ਹੈਗਾ ਵਾ ਜੀ, ਇਹਨਾਂ ਨੂੰ ਉਹ ਉੱਥੇ ਜਾ ਕੇ ਕੱਟਣਾ ਚਾਹੀਦਾ ਹੈਗਾ ਜੀ। ਅਗਲੀ ਬੇਨਤੀ ਮੈਂ ਤੁਹਾਨੂੰ ਇਹ ਕਰਨ ਲੱਗਾ ਹੈ ਵੀ ਜਿਹੜੇ ਹੈਗਾ ਨਾ ਉਹਦਾ ਝਬਾਲ ਵਾਲਾ ਜਿਹੜਾ ਹੈਗਾ ਵਾ, ਉਹ ਆਪਣਾ ਸਰੂਪ ਸਿੰਘ, ਹਾਂਜੀ, ਉਹਦਾ ਪਿੰਡ ਜਿਹੜਾ ਹੈਗਾ ਨਾ ਉਹ ਹੈਗਾ ਪੁੱਤਰ ਕਲਾਂ ਜੀ, ਉਹਦੇ ਘਰ ਦੇ ਪਿੰਡ ਦੇ ਜਿਹੜਾ ਘਰ ਆ ਨਾ ਜਿੱਥੇ ਉਹਦਾ ਘਰ ਆ, ਘਰ ਦੇ ਵਿੱਚ ਇੱਕ ਸਮਾਧ ਆ ਉਹਦੇ। ਵੀਰ ਜੀ ਮੈਂ ਤੇ ਤੁਹਾਨੂੰ ਇਹਦੇ ਚ ਬਲ ਸਾਹਿਬ ਮੈਂ ਇੱਕ ਨਾਲ ਦਰੁਸਤ ਕਰਨਾ ਚਾਹਾਂਗਾ, ਉਹ ਜਿਹੜੀ ਸਮਾਧ ਹੈ ਉਹ ਉਹਨਾਂ ਦੇ ਚਾਚੇ ਦੇ ਘਰੇ ਆ, ਨਾਲ ਦੇ ਘਰ ਦੇ। ਮੈਂ ਉੱਥੇ ਹੁਣ ਲੱਗਾ ਵਾਂ ਉਹ ਪਹਿਲਾਂ ਸਾਂਝੇ ਘਰ ਵਿੱਚ ਸੀਗੀ, ਹੁਣੇ ਵਾਲੇ ਚਾਚੇ ਦੇ ਘਰ ਚਲੀ ਹੈਗੀ ਆ ਜੀ। ਜੇ ਆਪਣੇ ਚਾਚੇ ਨੂੰ ਨੀ ਰੋਕ ਸਕਦਾ ਜਿੱਥੇ ਉਹ ਜਾ ਕੇ ਹਰ ਸਾਲ ਕਰਦੇ ਹੈਗੇ ਆ, ਤੇ ਉਹ ਬਾਅਦ ਆ ਕੇ ਕਿਉਂ ਲੋਕਾਂ ਜੁੱਤੀਆਂ ਫੇਰਦਾ ਪਈ ਜੀ। ਦੂਸਰਾ ਉਹਦੀ ਘਰ ਨੂੰ ਪੁੱਛਿਆ ਗਿਆ ਕਹਿੰਦੀ ਜੀ ਉਹ ਇਹਦਾ ਪਿਓ ਵੀ ਆਪ ਉੱਥੇ ਉਸੇ ਸਮਾਧ ਦੇ ਉੱਤੇ ਜਾ ਕੇ ਮੱਥੇ ਟੇਕਦਾ ਰਿਹਾ, ਉੱਥੇ ਕਰਾਉਂਦਾ ਰਿਹਾ ਸਾਰਾ ਕੁੱਝ ਜਿਹੜਾ ਹੈਗਾ ਵਾ ਜੀ। ਫਿਰ ਉਹਦੇ ਘਰ ਦੇ ਵਿੱਚ ਉਹਦੀ ਫੋਟੋ ਲੱਗੀ ਹੈਗੀ, ਗੁਰੂ ਨਾਨਕ ਦੀ ਫੋਟੋ ਦੇ ਨਾਲ ਉਹਨਾਂ ਪੀਰਾਂ ਦੀਆਂ ਫੋਟੋ ਲਾ ਕੇ ਰੱਖੀਆਂ ਨੇ ਜੀ। ਇਹ ਕਿਹੜੀ ਹੈਗੀ ਆ ਕਮੇਟੀ ਜਿਹੜੀ ਹੈਗੀ ਆ, ਸਤਿਕਾਰ ਕਮੇਟੀ ਜਿਹੜੀ ਘਰਾਂ ਦੇ ਵਿੱਚ ਉਹਦੇ ਆਪਣੇ ਘਰ ਦੀਆਂ ਤਸਵੀਰਾਂ ਲਾ ਜਾਂਦੇ ਲੋਕਾਂ ਨੂੰ ਜਾ ਕੇ ਡਾਂਗਾ ਮਾਰ ਲੈ, ਔਰ ਜਿਸ ਹਿਸਾਬ ਨਾਲ ਕੁੱਟਿਆ ਹੈਗਾ ਵਾ ਉਹ ਕੋਈ ਤੁਕ ਨੀ ਬਣਦੀ, ਇੱਕੋ ਬੰਦਾ ਉਹਨਾਂ ਵਿੱਚ ਜਿਹੜਾ ਸ੍ਰੀ ਸਾਹਿਬ ਪਾਈ ਫਿਰਦਾ ਸੀਗਾ, ਬਾਕੀ ਸਾਰੇ ਤਾਂ ਹੈ ਵਗੈਰੇ ਚੋ, ਤੇ ਜਿਹੜਾ ਕੁੱਟਣ ਡਿਆ ਉਹਦੇ ਦਾੜੀ ਕੱਟੀ ਸਾਰੀ, ਤੁਸੀਂ ਵੇਖਿਆ ਆਪ ਉਹਦੇ ਉੱਤੇ। ਬਿਲਕੁਲ ਉਹ ਚੀਜ਼ ਨੂੰ ਕਹਿ ਰਹੇ ਹਾਂ ਕਿ ਜਿਹੜਾ ਸਤਿਕਾਰ ਕਮੇਟੀ ਨੇ ਕੰਮ ਕੀਤਾ ਹੈ ਉਹ ਰੋਕਣਾ ਜਿਹੜਾ ਜਾਇਜ਼ ਸੀ, ਲੇਕਿਨ ਰੋਕਣ ਦਾ ਜਿਹੜਾ ਤਰੀਕਾ ਹੈ ਉਹ ਗਲਤ ਸੀ। ਮੈਂ ਇਹ ਚੀਜ਼ ਨੂੰ ਇੱਥੇ ਬਿਲਕੁਲ ਕਹਿਣਾ, ਮੈਂ ਤੁਹਾਨੂੰ ਬੇਨਤੀ ਕਰਨਾ ਵੀ ਉਹ ਜਿਹੜਾ ਸਮਾਧ ਦੇ ਉੱਤੇ ਨਹੀਂ ਕਰਾਇਆ ਉਹਨਾਂ ਨੇ, ਉਹ ਮੇਰੇ ਸੱਜਣ ਨੇ ਮੈਨੂੰ ਫੋਨ ਕੀਤਾ ਸੀਗਾ ਜੀ, ਉਹ ਕਹਿੰਦੇ ਸੀ ਉਹਨਾਂ ਬਹੁਤ ਵੱਡਾ ਹਾਲ ਬਣਾਇਆ ਉੱਥੇ, ਉਹਦੇ 17-18 ਪਿੰਡਾਂ ਲੋਕ ਆਉਂਦੇ, ਉੱਥੇ 2-2.5 ਹਜ਼ਾਰ ਲੋਕ ਇਕੱਠਾ ਹੋ ਜਾਂਦਾ ਵਾ, ਡਰ ਜੇ ਕਿ ਉੱਥੇ ਨੀ ਗਿਆ ਜੇ ਉੱਥੇ 2-2 ਬੰਦਾ ਤਾਂ ਇਹ ਪਰਤਾਪ ਦੇ ਕੀ ਕਰਾਂਗੇ ਉਹ ਜਾ ਕੇ। ਨਹੀਂ ਬਿਲਕੁਲ, ਲੇਕਿਨ ਇਹਦੇ ਚ ਬਲ ਸਾਹਿਬ ਇੱਥੇ ਇਹੋ ਚੀਜ਼ ਆ ਕਿ ਆਪਾਂ ਇਸ ਚੀਜ਼ ਨੂੰ ਜਿਹੜਾ ਕਿਉਂ ਲੰਮੇ ਸਮੇਂ ਦੇ ਉੱਤੇ ਸੁੱਟ ਰਹੇ ਹਾਂ, ਬੜੇ ਚਿਰ ਤੋਂ ਇਸ ਚੀਜ਼ ਸੁਣਦੇ ਆਏ ਆ ਕਿ ਜਿਹੜਾ ਇਸ ਤਰ੍ਹਾਂ ਦੀ ਜਾ ਕੇ ਮੜੀਆਂ ਮਸੀਤਾਂ ਦੇ ਜਿਹੜਾ ਪਾਠ ਕਰਨ ਦੇ ਉੱਤੇ ਲੜਾਈ ਝਗੜੇ ਹੁੰਦੇ ਨੇ,
ਤਾਂ ਉੱਥੇ ਸਪਸ਼ਟੀਕਰਨ ਜਿਹੜਾ ਦੇਣਾ ਚਾਹੀਦਾ ਸੀ। ਬੜੀ ਦੇਰ ਨਹੀਂ ਜਾਣਾ ਤੇ ਉਹਦੇ ਪਿੰਡ ਦਾ ਸਪਸ਼ਟੀਕਰਨ ਦਿੰਦਾ ਹੈ ਗਿਆ ਪਰਸੋਂ ਤੁਹਾਡੇ ਟੀਵੀ ਨੂੰ ਆ ਕੇ ਦੱਸਿਆਗਾ ਸਾਰਾ ਕੁਝ। ਲੇਕਿਨ ਉਹਦੇ ਚ ਜਿਹੜੇ ਪੰਜ ਪਿਆਰੇ ਉੱਥੇ ਗਏ ਨੇ ਉਹਨਾਂ ਪੰਜ ਪਿਆਰਿਆਂ ਨੇ ਕਿਹਾ ਕਿ ਅਸੀਂ ਕੁਝ ਵੀ ਇਹਦੇ ਉੱਤੇ ਕਹਿ ਨਹੀਂ ਸਕਦੇ। ਇਸ ਕਰਕੇ ਕਹਿ ਨਹੀਂ ਸਕਦੇ ਹੁਣ ਉਹ ਹੱਥ ਜਾ ਕੇ ਵੇਖੋ ਹਾਲ ਵਿਖਾ ਲਿਆ ਪਿੰਡ ਵਾਲਾ ਵੀ ਹਾਲ ਤੇ ਕੀਤਾ ਜੀ। ਲੇਕਿਨ ਇਸ ਜੀ ਜੀ ਇਸ ਕਰਕੇ ਧੰਨਵਾਦ ਤੁਹਾਡਾ ਮੁੱਦਾ ਲਿਆਉਣ ਵਾਸਤੇ, ਲੇਕਿਨ ਅਸਲੀਅਤ ਜਿਹੜੀ ਹੈਗੀ ਆ ਕੁਛ ਹੋਰ ਸੀਗੀ। ਮੈਂ ਉਹਦੇ ਚ ਇਸੇ ਚੀਜ਼ ਕਰਕੇ ਨਾ ਬਲ ਸਾਹਿਬ ਦੇਖੋ ਉਹਦੇ ਚ ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਜਿਹੜਾ ਇਹ ਮਾਮਲਾ ਉੱਥੇ ਪਹੁੰਚਾਉਣਾ ਚਾਹੁੰਦੇ ਆ ਕਿ ਤਾਂ ਜੋ ਉਹ ਇਹਦੇ ਉੱਤੇ ਆਪਣੇ ਦੱਸਣ ਕਿ ਪਾਠ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਫਿਰ ਇਸ ਮਸਲੇ ਨੂੰ ਸੰਵੇਦਨਸ਼ੀਲ ਤਰੀਕੇ ਨਾਲ ਲੈਣਾ ਚਾਹੀਦਾ ਸੀ ਤੇ ਇਮੀਡੀਏਟਲੀ ਇਹਦੇ ਉੱਤੇ ਰਿਐਕਟ ਕਰਨਾ ਚਾਹੀਦਾ ਸੀ। ਅੱਜ ਕੌਮ ਜਿਹੜੀ ਹੈ ਦੋ ਹਿੱਸਿਆਂ 'ਚ ਵੰਡੀ ਹੋਈ ਆ, ਇੱਕ ਕਹਿੰਦੇ ਨੇ ਗ੍ਰੰਥੀ ਸਿੰਘਾਂ ਨਾਲ ਜੋ ਕੁਝ ਹੋਇਆ ਉਹ ਗਲਤ ਹੋਇਆ, ਨਹੀਂ ਹੋਣਾ ਚਾਹੀਦਾ ਸਨ। ਜਿਹੜੇ ਸਤਿਕਾਰ ਕਰਦੇ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਨੇ ਬੜੇ ਚੰਗੇ ਤਰੀਕੇ ਨਾਲ, ਉਹ ਚਾਹੁੰਦੇ ਨੇ ਕਿ ਉਹਨਾਂ ਦੀ ਮਰਿਆਦਾ ਨੂੰ ਠੇਸ ਨਾ ਪਹੁੰਚੇ, ਉਹ ਕਹਿੰਦੇ ਨੇ ਕਿ ਨਹੀਂ ਇੱਕ ਨਾ ਇੱਕ ਤਰੀਕੇ ਨਾਲ ਜਿਹੜਾ ਸੀ ਇਸ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ ਸੀ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਅਵੇਲਣਾ ਕਰਨ ਵਾਲੇ ਨੂੰ, ਇਸ ਤਰ੍ਹਾਂ ਦੀ ਜਿਹੜੀ ਗਲਤੀ ਕਰਨ ਵਾਲਿਆਂ ਨੂੰ ਇੱਕ ਸੰਦੇਸ਼ ਜਾਵੇ। ਸੋ ਅੱਜ ਇਸ ਨੌਬਤ ਤੇ ਕਿਉਂ ਆਣ ਦਿੱਤਾ ਗਿਆ, ਅੱਜ ਕਿਉਂ ਨਹੀਂ ਇਸ ਚੀਜ਼ ਨੂੰ ਜਿਹੜਾ ਸਮਾਂ ਰਹਿੰਦੇ ਰੋਕਿਆ ਗਿਆ, ਗੱਲ ਇੱਥੇ ਆ ਕੇ ਜਿਹੜੀ ਹੈ ਖੜੀ ਹੋ ਜਾਂਦੀ ਹੈ ਜੀ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ? ਅਸੀਂ ਇਹ ਗੱਲ ਕਹਿਣੀ ਚਾਹੁੰਦੇ ਸੀਗੇ ਵੀ ਜਿਹੜੀ ਮੁੱਦਾ ਹੋਟ ਅੱਜ ਦਾ ਅੱਜ ਮੁੱਦਾ ਆ ਰਿਹਾ ਅੱਜ ਦਾ ਜੀ ਸ਼ਹੀਦਾਂ ਬਾਰੇ ਜੀ, ਤੇ ਇਹ ਸ਼ਹੀਦ ਗੁਰੂ ਗੋਬਿੰਦ ਸਿੰਘ ਉਹਦੇ ਨਾਲ ਰਹਿ ਕੇ ਲੜਾਈਆਂ ਕੀਤੀਆਂ ਤੇ ਉਹ ਸ਼ਹੀਦ ਹੋਇਆ ਤੇ ਉਹ ਸ਼ਹੀਦ ਆਪਾਂ ਨੂੰ ਮਲੀਆਂ ਮਸਾਣਾ ਕਹਿ ਸਕਦੇ ਆਪਾਂ ਉਹਨਾਂ ਨੂੰ? ਨਹੀਂ ਕਿਹੜੇ ਸ਼ਹੀਦਾਂ ਦੀ ਆਪਾਂ ਕਿਹੜੀ ਮੜੀਆਂ ਮਸਾਣਾਂ ਦੀ ਗੱਲ ਕਰ ਰਹੇ ਹਾਂ ਭਾਜੀ? ਅੱਜ ਉਹ ਮੁੱਦਾ ਚੱਲਦਾ ਮੜੀ ਮਸਾਣਾ ਮੁੱਦਾ ਚੱਲ ਰਿਹਾ ਨਾ ਹੁਣ, ਮੜੀਆਂ ਦੀ ਆਪਾਂ ਕਿਹੜੀ ਗੱਲ ਕਰ ਰਹੇ ਹਾਂ ਅੱਜ? ਜੇ ਕਿਸੇ ਦੇਖੋ ਮੈਂ ਜਿਹੜੀ ਗੱਲ ਨੂੰ, ਸਰਦਾਰ ਸਾਹਿਬ ਪਹਿਲਾਂ ਨਾ ਤੁਸੀਂ ਇਸ ਮੁੱਦੇ ਨੂੰ ਪੂਰਾ ਸਮਝਣ ਦੀ ਕੋਸ਼ਿਸ਼ ਕਰੋ ਕਿ ਅੱਜ ਮੜੀ ਮਸੀਤਾਂ ਜਿਹੜੀਆਂ ਅਸੀਂ ਕਹਿ ਰਹੇ ਹਾਂ, ਅਸੀਂ ਕਹਿ ਰਹੇ ਹਾਂ ਜਿਹੜੀ ਰੋਡ ਸਾਈਡ ਤੇ ਜਾਂ ਕਿਤੇ ਜਗ੍ਹਾ ਜਗ੍ਹਾ ਜਿਹੜੀਆਂ ਬਣੀਆਂ ਹੁੰਦੀਆਂ ਨੇ, ਜਿਹੜੇ ਸਾਡੇ ਸੁਣੋ ਜਿਹੜੇ ਸਾਡੇ ਸਾਹਿਬਜ਼ਾਦਿਆਂ ਦੀਆਂ ਜਗ੍ਹਾ ਹੈਗੀਆਂ ਨੇ ਉੱਥੇ ਅਸੀਂ ਉਹਨਾਂ ਨੂੰ ਮਾਣ ਮਕਸਦ ਉਹਨੂੰ ਮੜੀਆਂ ਮਸੀਤਾਂ ਨਹੀਂ ਕਹਿੰਦੇ ਸਰਦਾਰ ਸਾਹਿਬ। ਅਸੀਂ ਨਾ ਸਾਡੇ ਵੀ ਸੌਣ ਪਰਿਵਾਰ ਦੇ ਵਿੱਚੋਂ ਗੁਰੂ ਗੁਰਬਖਸ਼ ਸਿੰਘ ਸ਼ਹੀਦ ਹੋਏ ਆ, ਗੁਰੂ ਗੋਬਿੰਦ ਸਾਹਿਬ ਦੇ ਨਾਲ ਰਹਿ ਕੇ ਸ਼ਹੀਦ ਹੋਏ ਆ, ਅਸੀਂ ਉੱਥੇ ਅਸੀਂ ਜਗ੍ਹਾ ਬਣਾਈ ਆ ਖੰਡ ਪਰ ਕਾਉਣੇ ਆ, ਉਹ ਅਸੀਂ ਉਹ ਗਲਤ ਗੱਲ ਆ ਜੇ ਵੀ ਪਾਠ ਰਖਾ ਦਿੰਦੇ ਆ, ਗਲਤ ਗੱਲ ਆ। ਇੱਕ ਪਾਠ ਹੋਣਾ ਚਾਹੀਦਾ, ਇੱਕ ਪਾਠ ਸਾਰੀ ਸੰਗਤ ਸੁਣੇ, ਪਰ ਅਸੀਂ ਉਹਨੂੰ ਮੜੀ ਮਿਸਾਲ ਨਹੀਂ ਕਹਿ ਸਕਦੇ ਕਿ ਜੇ ਗੁਰੂ ਗੋਬਿੰਦ ਸਿੰਘ ਨਾਲ ਰਹਿ ਕੇ ਬਣਾਈਆਂ ਉਹਨਾਂ ਦੀਆਂ ਜਗ੍ਹਾ ਬਣੇ ਉਹਦੇ ਚ ਮਰਿਆਦਾ ਦੇ ਵਿੱਚ ਲਿਖਿਆ ਗਿਆ ਕਿ ਮੜੀਆਂ ਮਸੀਤਾਂ ਦੇ ਉੱਤੇ ਜਾ ਕੇ ਇਸ ਤਰ੍ਹਾਂ ਦੇ ਪਾਠ ਕਰਨੇ ਜਿਹੜੇ ਗਲਤ ਨੇ, ਲੇਕਿਨ ਤੁਸੀਂ ਹੁਣ ਮੜੀਆਂ ਮਸੀਤਾਂ ਦੇ ਵਿੱਚ ਕਿਹੜੀ ਕਿਹੜੀ ਚੀਜ਼ ਨੂੰ ਗਿਣ ਰਹੇ ਹੋ ਉਹ ਮੇਰੇ ਹਿਸਾਬ ਨਾਲ ਤੁਹਾਨੂੰ ਥੋੜਾ ਜਿਹਾ ਭੁਲੇਖਾ ਪੈ ਰਿਹਾ ਜਾਂ ਗਲਤ ਤਰੀਕੇ ਨਾਲ। ਜਿਹੜੇ ਸਾਡੇ ਸਤਿਕਾਰਕ ਜਿਹੜੀਆਂ ਹਸਤੀਆਂ ਨੇ ਜਾਂ ਜਿਨ੍ਹਾਂ ਨੇ ਸਾਡੇ ਧਰਮ ਦੇ ਵਿੱਚ ਕਿਤੇ ਨਾ ਕਿਤੇ ਅਹਿਮ ਭੂਮਿਕਾ ਨਿਭਾਈ ਹੈ, ਉਹਨਾਂ ਦੀਆਂ ਅਸੀਂ ਜਗ੍ਹਾਵਾਂ ਨੂੰ ਜਿਹੜਾ ਹੈ ਉਹਨਾਂ ਨੂੰ ਬੜੇ ਪਵਿੱਤਰ ਤਰੀਕੇ ਨਾਲ ਪੂਜਦੇ ਹਾਂ ਵੀਰ ਜੀ, ਉਹਨਾਂ ਨੂੰ ਆਪਾਂ ਇਸ ਤਰ੍ਹਾਂ ਸਿਰਫ ਮੜੀ ਮਸੀਤ ਕਹਿ ਕੇ ਨਹੀਂ ਜਿਹੜਾ ਉਹ ਸਾਈਡ ਤੇ ਕਰ ਸਕਦੇ, ਮੜੀਆਂ ਮਸੀਤਾਂ ਤੋਂ ਭਾਵ ਜਿਹੜਾ ਇੱਕ ਵੱਖਰਾ ਹੈ। ਧੰਨਵਾਦ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ? ਵੀਰ ਜੀ ਮੈਂ ਕਹਿਣਾ ਚਾਹੁੰਦਾ ਵੀ ਜਾਣੀ ਕਿ ਜਿਹੜੀ ਮਰਿਆਦਾ ਦੀ ਆਪਾਂ ਗੱਲ ਕਰ ਰਹੇ ਹਾਂ ਜੀ, ਵੀ ਉਹ ਮਰਿਆਦਾ ਜਿੱਥੋਂ ਸ਼ੁਰੂ ਹੁੰਦੀ ਉੱਥੋਂ ਹੀ ਗਲਤ ਆ, ਉਦੋਂ ਗਾਹ ਕਿੱਥੇ ਮਰਿਆਦਾ ਲੈ ਜਾਈਏ ਜੀ? ਕੀ ਕਹਿਣ ਤੋਂ ਭਾਵ ਤੁਹਾਡਾ? ਮੇਰੇ ਕਹਿਣ ਦਾ ਭਾਵ ਇਹ ਆ ਵੀ ਜਦੋਂ ਹਰਿਮੰਦਰ ਸਾਹਿਬ ਬਣਿਆ ਸੀਗਾ ਤਾਂ ਮੇਰਾ ਖਿਆਲ ਹੈ ਵੀ ਆਲੇ ਦੁਆਲੇ ਦੇ ਲੱਖ 'ਚ 2 ਕੁਇੰਟਲ ਦੁੱਧ ਨਹੀਂ ਹੁੰਦਾ ਹੋਣਾ ਜੀ, ਤੇ ਜਿੰਨਾ ਇਹ ਸਵੇਰ ਨੂੰ ਡੋਲ ਦਿੰਦੇ ਆ।
ਦੇਖੋ ਹੁਣ ਜਿਹੜੀ ਮਰਿਆਦਾ ਵਾਂ ਦਾ ਨਾ, ਦੇਖੋ ਮਰਿਆਦਾ ਜਿਹੜੀ ਹੈ ਪਵਿੱਤਰ ਕਰਨ ਦੀ ਤੁਸੀਂ ਸਵੇਰ ਦੀ ਗੱਲ ਕਰ ਰਹੇ ਹੋ, ਮੈਂ ਇਸ ਚੀਜ਼ ਨੂੰ ਆਪਾਂ ਬਿਲਕੁਲ ਮਰਿਆਦਾ ਦੇ ਉਲਟੇ ਪਾਸੇ ਨੂੰ ਹੁਣ ਤੁਰ ਪਏ। ਤੁਸੀਂ ਉਹ ਜਿਹੜੀ ਗੱਲ ਨੂੰ ਕਹਿ ਰਹੇ ਹੋ ਬਿਲਕੁਲ ਗਲਤ ਤਰੀਕੇ ਨਾਲ ਕਹਿ ਰਹੇ ਹੋ, ਉਹ ਮਰਿਆਦਾ ਦਾ ਇੱਕ ਹਿੱਸਾ ਬਣ ਚੁੱਕਾ ਹੋਇਆ। ਜਦੋਂ ਕਿਸੇ ਨਾਲ ਭਾਵਨਾ ਜੁੜ ਜਾਂਦੀਆਂ ਨਾ, ਉਸ ਚੀਜ਼ ਨੂੰ ਇੱਕ ਜਿਹੜਾ ਇੱਕ ਉਸਦਾ ਅਸੀਂ ਅਮਲੀ ਜਾਮਾ ਬਣਾ ਲੈਂਦੇ ਕਿ ਸਾਡੀ ਰੁਟੀਨ ਹੈ, ਉਹ ਸਾਡੀ ਰੁਟੀਨ ਹੈ, ਉਹਦੇ ਨਾਲ ਸ਼ਰਧਾ ਜੁੜ ਚੁੱਕੀ ਹੈ। ਲੋਕ ਸਾਡੇ ਜਿਹੜੇ ਨੇ ਉਹਦੇ ਵਾਸਤੇ ਵਾਰੀ ਦਾ ਉਡੀਕ ਕਰਦੇ ਨੇ। ਭਾਜੀ ਉਹ ਜੇ ਜਾਣੀ ਕਿ ਗ੍ਰੰਥ ਸਾਹਿਬ ਨੂੰ ਤੁਸੀਂ ਬਰਾਬਰ ਦਾ ਅਧਿਕਾਰ ਦਿੰਦੇ ਹਰੇਕ ਜਗ੍ਹਾ, ਤੇ ਫਿਰ ਗ੍ਰੰਥ ਸਾਹਿਬ ਨੂੰ ਬਰਾਬਰ ਦਾ ਨਹੀਂ ਦਿੰਦੇ ਵੀਰ ਜੀ, ਉਹ ਆਪਾਂ ਕਿੱਥੇ ਲਿਆਵਾਂਗੇ? ਗ੍ਰੰਥ ਸਾਹਿਬ ਨੂੰ ਬਰਾਬਰ ਦਾ ਅਧਿਕਾਰ ਨਹੀਂ ਦਿੰਦੇ, ਅਸੀਂ ਉੱਚ ਸਥਾਨ ਦਿੰਦੇ ਆ। ਅਸੀਂ ਤਾਂ ਬਰਾਬਰੀ ਦਾ ਕਿਤੇ ਖੜਦੇ ਹੀ ਨਹੀਂ ਉਹਨਾਂ ਦੇ, ਅਸੀਂ ਤਾਂ ਉਹਨਾਂ ਦੇ ਪੈਰਾਂ ਵਰਗੇ ਨਹੀਂ। ਉਹ ਤਾਂ ਭਾਜੀ ਤੁਸੀਂ ਕਿੱਦਾਂ ਦੇ ਦੋਗੇ ਵੀ ਜੇ ਤੁਸੀਂ ਇੱਕ ਪਾਸੇ ਕਹਿੰਦੇ ਵੀ ਨਹੀਂ ਇਹ ਗਲਤ ਆ ਜੀ, ਦੂਜੇ ਪਾਸੇ ਪਿੰਡਾਂ 'ਚ ਜਿਹੜੇ ਪਏ ਉਹ ਕਹਿੰਦੇ ਤੁਸੀਂ ਨਹੀਂ ਉਹ ਛੋਟੇ ਆ, ਫਿਰ ਤਾਂ ਛੋਟੇ ਹੋਏ ਉਹਨਾਂ ਨੂੰ ਵੀ ਬਰਾਬਰ ਮਿਲਣਾ ਚਾਹੀਦਾ ਅਧਿਕਾਰ। ਨਹੀਂ ਬਰਾਬਰ ਜੇ ਹੁਣ ਜੇ ਜਾ ਕੇ ਅਸੀਂ ਕਿਤੇ ਰੋਡ ਸਾਈਡ ਤੇ ਜਿਹੜਾ ਪਾਠ ਕਰਨਾ ਸ਼ੁਰੂ ਕਰ ਦਈਏ, ਉਹ ਕਿੱਥੋਂ ਦੀ ਮਰਿਆਦਾ ਹੈ? ਕਹਿਣ ਤੋਂ ਭਾਵ ਹੈ ਮਰਿਆਦਾ ਇੱਥੇ ਆ ਕੇ ਖੜਦੀ ਹੈ ਕਿ ਜਦੋਂ ਤੁਸੀਂ ਪੂਰਾ ਸਤਿਕਾਰ ਜਿਹੜਾ ਹੈ ਬੀੜ ਸਾਹਿਬ ਦਾ ਨਹੀਂ ਕਰ ਸਕਦੇ, ਤਾਂ ਉਹਨੂੰ ਜਿਹੜਾ ਅਸੀਂ ਗਲਤ ਕਹਿ ਦਿੰਦੇ ਹਾਂ, ਕਿਉਂਕਿ ਉੱਥੇ ਜਾ ਕੇ ਤੁਸੀਂ ਨਾਲ ਕਿਸੇ ਹੋਰ ਨੂੰ ਮੱਥਾ ਟੇਕੀ ਜਾਓ ਤੇ ਨਾਲ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੀ ਜਾਓ, ਤਾਂ ਕਿੱਥੇ ਕਿਹਦੀ ਬਰਾਬਰੀ ਅਪੀਲ ਕਰਾਂਗੇ? ਕਿਉਂਕਿ ਆਪਣੇ ਆਪ 'ਚ ਉਹ ਸਤਿਕਾਰਕ ਜਗ੍ਹਾ ਨੇ, ਆਪਣੇ ਆਪ 'ਚ ਸਤਿਕਾਰਕ ਭੀੜ ਹੈ, ਉਹਦੇ ਬਰਾਬਰੀ ਕਿਸੇ ਦੇ ਵੀ ਕਰਨ ਦਾ ਜਿਹੜਾ ਨਹੀਂ ਬਣਦਾ। ਤੇ ਜਦਕਿ ਇਹੋ ਜਿਹੀਆਂ ਜਗ੍ਹਾ ਤੇ ਜਾ ਕੇ ਅਸੀਂ ਬਰਾਬਰ ਤੇ ਜਿਹੜਾ ਉਹਨਾਂ ਨੂੰ ਰੱਖ ਦਿੰਦੇ ਹਾਂ, ਇਹ ਗਲਤ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ। ਇਸ ਕਰਕੇ ਹਰਿਮੰਦਰ ਸਾਹਿਬ ਦੇ ਨਾਲ ਦੂਸਰੀਆਂ ਜਗ੍ਹਾਵਾਂ ਦੀ ਤੁਲਨਾ ਕਰਨਾ ਮੇਰੇ ਹਿਸਾਬ ਨਾਲ ਆਪਣੇ ਆਪ 'ਚ ਬਹੁਤ ਗਲਤ ਹੈ ਭਾਜੀ। ਉਹ ਭਾਜੀ ਮੈਂ ਉਹਦੀ ਤੁਲਨਾ ਇਹ ਨਹੀਂ ਕਰਦਾ, ਮੈਂ ਤਾਂ ਇਹ ਗੱਲ ਕਰਦਾ ਵੀ ਤੁਸੀਂ ਉਹ ਵੀ ਸਾਰੇ ਮਹਾਰਾਜ ਦੀ ਬੀੜਾਂ ਨੂੰ ਬਰਾਬਰ ਸਮਝੋ। ਨਹੀਂ ਉਹ ਜਿੱਥੇ ਵੀ ਹੈਗੇ ਬਰਾਬਰ ਆ। ਨਹੀਂ ਮਹਾਰਾਜ ਸਾਹਿਬ ਦੀ ਜਿਹੜੀ ਬੀੜ ਆ ਉਹ ਤਾਂ ਵੀਰ ਜੀ ਬਰਾਬਰ ਹੈ, ਠੀਕ ਹੈ ਨਾ? ਲੇਕਿਨ ਹੁਣ ਬਰਾਬਰ ਆ, ਤੁਸੀਂ ਇੱਕ ਜਗ੍ਹਾ ਉਹਨੂੰ ਸਪੈਸ਼ਲ ਸਤਿਕਾਰ ਕਾਹਤੋਂ ਤੇ ਦੂਜੀ ਜਗ੍ਹਾ ਘੱਟ ਕਾਹਤੋਂ? ਨਹੀਂ ਹੁਣ ਤੁਸੀਂ ਇਹ ਚੀਜ਼ ਕਹਿ ਰਹੇ ਹੋ ਕਿ ਜਿਹੜਾ ਪਾਠ ਕਰਨਾ ਚਾਹੀਦਾ ਸੀ ਉੱਥੇ ਨਹੀਂ ਕਰਨਾ ਚਾਹੀਦਾ ਸੀ, ਤੁਹਾਡੇ ਕਹਿਣ ਤੋਂ ਭਾਵ? ਭਾਜੀ ਮੈਂ ਪਾਠ ਤੇ ਤਾਂ ਗਿਆ ਹੀ ਨਹੀਂ ਹਾਲੇ, ਮੈਂ ਤਾਂ ਤੁਹਾਨੂੰ ਇਹ ਕਹਿ ਰਿਹਾ ਵੀ ਮਹਾਰਾਜ ਦੀ ਬੀੜ ਤਾਂ ਇੱਕੋ ਹੀ ਆ, ਉਹਨੂੰ ਬਰਾਬਰ ਦਾ ਅਧਿਕਾਰ ਦਿਓ ਹਰੇਕ ਜਗ੍ਹਾ। ਨਹੀਂ ਹੈ ਉਹ ਤਾਂ ਗਾਹ, ਫੇਰ ਪਾਠੀ ਸਿੰਘਾਂ ਦੀ ਗੱਲ ਤਾਂ ਬਾਅਦ 'ਚ ਆਊਗੀ। ਪਾਠੀ ਸਿੰਘਾਂ ਨੂੰ ਤਾਂ ਅਸੀਂ ਉਹ ਗਿਣੇ ਆ ਵੀ ਜਾਣ ਕੇ ਜਿਹਦੇ ਕੁਛ ਨਹੀਂ ਆਉਂਦਾ ਉਹ ਪਾਠ ਕਰਨਾ ਸਿੱਖ ਲੈ। ਨਹੀਂ ਵੀਰ ਜੀ ਮੈਂ ਤਾਂ ਇੱਕ ਚੀਜ਼ ਉਹੀ ਕਹਿ ਰਿਹਾ ਕਿ ਜਿਹਨੂੰ ਕੁਛ ਨਹੀਂ ਆਉਂਦਾ ਇਸ ਤਰ੍ਹਾਂ ਨਹੀਂ ਨਾ ਹੋਣਾ ਚਾਹੀਦਾ। ਇਹ ਤਾਂ ਗਲਤੀ ਸਹੀ ਦੇ ਦਿੱਤੀ ਹੈ ਨਾ, ਅਸੀਂ ਤਾਂ ਇਹ ਚੀਜ਼ ਕਰਨ ਦੀ ਆਗਿਆ ਦੇ ਦਿੱਤੀ, ਜਦਕਿ ਇਸ ਤਰ੍ਹਾਂ ਦਾ ਹੋਣਾ ਨਹੀਂ ਚਾਹੀਦਾ। ਇੱਕ ਜਿਹੜੀ ਇਹਦੇ ਵਾਸਤੇ ਇੱਕ ਤਰੀਕਾ ਹੋਣਾ ਚਾਹੀਦਾ ਕਿ ਉਹਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਬਾਰੇ ਪਤਾ ਕੀ ਹੈ, ਸਿੱਖੀ ਬਾਰੇ ਕੀ ਪਤਾ, ਸਾਡੇ ਮਰਿਆਦਾ ਬਾਰੇ ਕੀ ਪਤਾ, ਉਸ ਤੋਂ ਬਾਅਦ ਜਾ ਕੇ ਅਸੀਂ ਕਿਸੇ ਨੂੰ ਆਗਿਆ ਦਈਏ ਕਿ ਹਾਂ ਤੁਹਾਨੂੰ ਅੰਗੀ ਬਹਿਣ ਦਾ ਅਸੀਂ ਜਿਹੜਾ ਇਸ ਚੀਜ਼ ਦੀ ਪਰਮਿਸ਼ਨ ਦਿੰਦੇ ਹਾਂ ਕਿ ਤੁਸੀਂ ਆਪਣੇ ਆਪ 'ਚ ਗਰੰਟੀ ਬਣ ਗਏ। ਇਹ ਤਾਂ ਅਸੀਂ ਆਪਣੇ ਆਪ 'ਚ ਖੇਡ ਰਚਾ ਦਿੱਤੀ ਕਿ ਜਦੋਂ ਸਾਨੂੰ ਕੋਈ ਨਹੀਂ ਮਿਲਦਾ ਤਾਂ ਅਸੀਂ ਜਿਹਨੂੰ ਮਰਜ਼ੀ ਜਿਹੜਾ ਉਹ ਗ੍ਰੰਥੀ ਸਿੰਘ ਬਣਨ ਦੀ ਜਿਹੜੀ ਆ ਆਗਿਆ ਦੇ ਦਿੰਦੇ ਹਾਂ। ਅੱਜ ਤੁਸੀਂ ਇੱਕ ਚੰਗੇ ਗ੍ਰੰਥੀ ਸਿੰਘ ਕੋ ਤੇ ਦੂਸਰੇ ਇੱਕ ਆਮ ਕੋ ਅੱਜ ਕੀ ਕਰਨੇ, ਕਿ ਜਿਹਨੂੰ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਇੱਕ ਦਿਹਾੜੀਦਾਰ ਤੋਂ ਘੱਟ ਜਿਹੜਾ ਅਸੀਂ ਉਹਨਾਂ ਨੂੰ ਦਿਹਾੜੀਆਂ ਦੇ ਕੇ ਜਿਹੜਾ ਇੱਕ ਬਣਾਇਆ, ਉਹ ਕਿੱਥੇ ਆਪਣੀ ਜ਼ਿੰਦਗੀ ਦੇ ਵਿੱਚ ਸੁਧਾਰ ਲਿਆ ਸਕਦੇ ਨੇ, ਜਾਂ ਕਿੱਥੇ ਉਹ ਮਰਿਆਦਾ ਦੇ ਜਿਹੜਾ ਪਾਲਣ ਕਰ ਸਕਦੇ ਨੇ? ਅੱਜ ਕਿਉਂ ਅਸੀਂ ਇਸ ਚੀਜ਼ ਵੱਲ ਨਹੀਂ ਸੋਚ ਰਹੇ? ਇਹ ਆਪਣੇ ਆਪ 'ਚ ਮੈਂ ਨਾਲ ਨਾਲ ਜਿਹੜੇ ਮਸਲੇ ਉਠਾ ਰਿਹਾ, ਕਿਉਂਕਿ ਇਸ ਚੀਜ਼ ਦੇ ਪਿੱਠ ਪਿੱਛੇ ਜਾਣ ਕੇ ਵਿਚਾਰ ਕਰਨ ਦੀ ਲੋੜ ਹੈ, ਕਿਉਂਕਿ ਆਪਣੇ ਆਪ 'ਚ ਇਸ ਚੀਜ਼ ਨੂੰ ਅਸੀਂ ਖੁਦ ਹੀ ਜਿਹੜਾ ਮਿਲਾ ਕੇ ਮਿਕਸ ਕਰਕੇ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਗੁਰਚਰਨ ਸਿੰਘ ਬੋਲਦਾ ਜੀ। ਹਾਂਜੀ ਗੁਰਚਰਨ ਸਿੰਘ ਜੀ। ਹਾਂ, ਅੱਜ ਦਾ ਮੁੱਦਾ ਹੈ ਜੀ, ਇੱਥੇ ਮੈਂ ਕਹਿਣਾ ਚਾਹੁੰਦਾ ਵੀ ਜੋ ਮਰਜ਼ਾਦਾ ਦੀ ਗੱਲ ਕਰਦੇ ਆ ਜੀ, ਇਹ ਤਾਂ ਠੀਕ ਆ, ਮਰਜ਼ਾਦਾ ਸਾਨੂੰ ਫਾਲੋ ਕਰਨੀ ਚਾਹੀਦੀ ਆ ਜੀ। ਹਾਂਜੀ, ਪਰ ਜਿਹੜਾ ਉਹਨਾਂ ਨੇ ਸਤਿਕਾਰ ਵਾਲਿਆਂ ਨੇ ਕੀਤਾ, ਜਾ ਕੇ ਕੁੱਟਮਾਰ ਕੀਤੀ ਆ, ਮੈਂ ਉਸ ਤੇ ਇਸ ਕਰਕੇ ਖਿਲਾਫ ਹਾਂ ਭਈ ਚਲੋ ਅਸੀਂ ਤੁਹਾਨੂੰ ਜੇ ਰੋਕਣਾ ਚਾਹੀਦਾ ਹੋਰ ਢੰਗ ਨਾਲ ਰੋਕਦੇ, ਪਰ ਮੇਰੇ ਨਾਲ ਇੱਕ ਸਵਾਲ ਮੈਂ ਕਹਿੰਦਾ ਜੀ, ਤੁਹਾਨੂੰ ਵੀ ਕਰਦਾ ਆ ਵੀ ਤੁਸੀਂ ਉਸ ਬਾਰੇ ਕਦੀ ਬੋਲੇ ਹੀ ਨਹੀਂ ਜਿਨ੍ਹਾਂ ਨੇ ਉੱਥੇ ਪਾਠ ਰਖਾਇਆ ਸੀ, ਕਿਉਂਕਿ ਭਾਠੀ ਆਪ ਹੀ ਜਾ ਕੇ ਪਾਠ ਕਰਨ ਲੱਗ ਗਏ ਜਾਂ ਕਿਸੇ ਨੇ ਰਖਵਾਇਆ ਸੀ। ਤੁਸੀਂ ਸ਼ਾਇਦ ਇਸ ਪ੍ਰੋਗਰਾਮ ਨੂੰ ਜੇ ਸ਼ੁਰੂ ਤੋਂ ਸੁਣ ਰਹੇ ਹੋ ਤਾਂ ਮੈਂ 3 ਵਾਰੀ ਉਹਦੇ ਕਹਿ ਚੁੱਕਾ ਕਿ ਉੱਥੇ ਪਾਠ ਰਖਵਾਉਣ ਵਾਲਿਆਂ ਦੀ
ਉੱਥੇ ਗੁਰੂ ਗ੍ਰੰਥ ਸਾਹਿਬ ਜਿਸ ਗੁਰਦੁਆਰਾ ਸਾਹਿਬ ਚੋਂ ਗਿਆ ਉਸ ਕਮੇਟੀ ਦੀ ਉਹਨਾਂ ਕੋਈ ਪੁੱਛਗਿੱਛ ਹੋਣੀ ਚਾਹੀਦੀ ਕਿ ਤੁਸੀਂ ਇਜਾਜ਼ਤ ਕਿਸ ਤਰ੍ਹਾਂ ਦੇ ਦਿੱਤੀ। ਨਾ ਮੈਂ ਤੁਹਾਨੂੰ ਇਹ ਗੱਲ ਕਰਦਾ ਵੀ ਅਜੇ ਪੁੱਛਗਿੱਛ ਨਹੀਂ ਹੋਣੀ, ਜੇ ਕੁੱਟਮਾਰ ਹੋਣੀ ਚਾਹੀਦੀ ਸੀ ਜਿਹੜੇ ਜਾ ਕੇ ਸਾਡੀ ਮਰਜ਼ਾਦਾ ਨੂੰ ਭੰਗ ਕਰਦੇ, ਜਿਹੜੇ ਪਾਠ ਉੱਥੇ ਰਖਾਉਂਦੇ ਆ, ਦੇ ਆਰ ਰੋਂਗ। ਨਾ ਬਿਲਕੁਲ ਬਿਲਕੁਲ ਗਲਤ ਨੇ, ਮੈਂ ਤਾਂ ਇਸ ਚੀਜ਼ ਨੂੰ ਕਹਿ ਰਿਹਾ। ਕੋਈ ਬੋਲਦਾ ਹੀ ਨਹੀਂ ਕਿਉਂਕਿ ਉੱਥੇ ਬੰਦੇ ਜ਼ਿਆਦਾ ਹੋਣੇ, ਤਕੜੇ ਹੋਣੇ ਲੋਕ, ਉਹਨਾਂ ਤੋਂ ਡਰਦਾ ਕੋਈ ਬੋਲਦਾ ਨਹੀਂ। ਬਿਲਕੁਲ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਪਰ ਮਰਜ਼ਾਦਾ ਰਖਾਉਣੀ ਚਾਹੀਦੀ ਹੈ, ਇਹ ਠੀਕ ਹੈ, ਪਰ ਉਹਨਾਂ ਨਾਲ ਹੋਰ ਤਰੀਕੇ ਨਾਲ ਰੋਕ ਸਕਦੇ ਸੀ। ਪਰ ਦੁੱਖ ਦੀ ਗੱਲ ਇਹ ਹੈ ਵੀ ਜਿਹੜੀ ਸਾਨੂੰ ਮਰਜ਼ਾਦਾ ਦਿੰਦੇ ਨੇ ਉਹਨਾਂ ਨਾਲ ਜੇ SGPC ਵਾਲੇ ਜਾਂ ਹੋਰ ਆ, ਉਹ ਸਾਨੂੰ ਕੁਛ ਨਹੀਂ ਕਰ ਰਹੇ। ਬਿਲਕੁਲ ਸਹੀ ਕਹਿ ਰਹੇ ਹੋ ਜੀ ਤੁਸੀਂ, ਉਹ ਸਾਨੂੰ ਕੋਈ ਡਾਇਰੈਕਸ਼ਨ ਨਹੀਂ ਦੇ ਰਹੇ। ਜਿੱਦਾਂ ਜੇ ਹੁਣ ਪਾਠੀ ਕਹੀਏ ਆਪਾਂ, ਗਰੀਬ ਬੰਦੇ ਬਜ਼ੁਰਗਾਂ ਦੀ ਕੀਤੀ, ਪਿੰਡਾਂ ਦੇ ਵਿੱਚ ਤਾਂ ਮੁੰਡਾ ਕੋਈ ਸਿੱਖ ਨਹੀਂ ਰਹਿ ਗਿਆ, ਸਾਰੇ ਮੋਨੇ ਹੋ ਗਏ ਨੇ, ਤਾਂ ਪਾਠੀ ਨਹੀਂ ਲੱਭਦਾ ਉੱਥੇ ਕੋਈ। ਮੈਂ ਮੇਰਾ ਭਾਣਜਾ ਕਹਿੰਦਾ ਵੀ ਮਾਮਾ ਜੀ ਸਾਡੇ ਪਿੰਡ ਦੇ ਜੋ ਪੰਜ ਪਿਆਰੇ ਆਪਾਂ ਗੁਰਪੁਰਬ ਨਾ ਪੰਜ ਪਿਆਰੇ ਬਣਾਉਣ ਵਾਸਤੇ ਕੋਈ ਦਾੜੀ ਮੁੰਡਾ ਨਹੀਂ ਲੱਭਦਾ ਕੋਈ, ਜਾਂ ਬੰਦਾ ਨਹੀਂ ਲੱਭਦਾ। ਬਿਲਕੁਲ ਵੀਰ ਜੀ, ਜੇ ਇਸ ਤਰ੍ਹਾਂ ਦੇ ਕੰਮ ਚੱਲਦੇ ਰਹੇ ਤੇ ਇਹੋ ਜਿਹੇ ਹਾਲਾਤ ਸਾਨੂੰ ਰੋਜ਼ ਵੇਖਣ ਨੂੰ ਮਿਲਣਗੇ। ਇਸ ਕਰਕੇ ਸੁਚੇਤ ਹੋਣ ਦੀ ਲੋੜ ਹੈ, ਮਰਿਆਦਾ ਬਣਾਉਣ ਦੀ ਲੋੜ ਹੈ, ਤਾਂ ਜੋ ਨੌਜਵਾਨ ਪੀੜ੍ਹੀ ਅੱਜ ਜਿਹੜੇ ਆਪਣੇ ਹੱਥਾਂ 'ਚ ਡਾਂਗਾਂ ਲੈ ਕੇ ਤੁਰੀ ਫਿਰਦੀ ਹੈ, ਇਹ ਆਪਣੇ ਆਪ 'ਚ ਵੀ ਜਿਹੜਾ ਵਾਪਸੀ ਆਵੇ, ਉਹਨਾਂ ਨੂੰ ਵੀ ਕੁਛ ਸਿਖਾਇਆ ਜਾਵੇ, ਆਪਣੇ ਗ੍ਰੰਥੀ ਸਿੰਘਾਂ ਨੂੰ ਸਿਖਾਇਆ ਜਾਵੇ, ਇਹ ਅੱਜ ਸਾਰਿਆਂ ਦੇ ਸਾਹਮਣੇ ਜਿਹੜੀ ਲੋੜ ਹੈ। ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਲਈ, ਉਸ ਤੋਂ ਬਾਅਦ ਵਾਪਸ ਆਵਾਂਗੇ, ਮਿਲਾਂਗੇ ਤੁਹਾਡੇ ਨਾਲ, ਕਰਾਂਗੇ ਵਿਚਾਰਾਂ।